ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਦੇ ਪਾਣੀ, ਹਵਾ, ਸਿਹਤ ਅਤੇ ਵਾਤਾਵਰਣ ਬਚਾਉਣ ਦੇ ਲਈ ਸ਼ੁਰੂ ਕੀਤੀ ਗਈ ਮਿਸ਼ਨ ਤੰਦਰੁਸਤ ਪੰਜਾਬ ਦੀ ਸ਼ੁਰੂਆਤ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਚ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਵੱਲੋਂ ਪਹੁੰਚ ਕੇ ਸ਼ੁਰੂ ਕੀਤੀ ਗਈ। अगले एक हफ्ते के अंदर अंदर कैप्टन साहब नूं एक अनाउंसमेंट करते देखोगे और एक बहुत वड्डी कंपनी, बहुत उच्ची कंपनी जिहड़ी कि मल्टी बिलियन कंपनी है, हिंदुस्तान की सब तो वड्डी कंपनी है, वह आ रहे हैं। बुढ़ा नाला क्लीन करन, तुंग पाई वाली जिहड़ी नहर क्लीन करन, पटियाले वाला नाला क्लीन करन, तुहानूं घर घर दे विच असीं मिठा नहरी पानी पहुँचा रहे हैं। जिहड़ा मैं बचपन दे विच ओ कला के पींदा हुंदा सी ओह पहुँचा रहे हैं। 60 STP 64 STP लाए सी, एक नहीं सी चलता, असीं ओह सारे चला रहे हैं। ਤੁਸੀਂ ਦੇਖੋ ਦਰਿਆਵਾਂ ਦੇ ਵਿੱਚ ਮੱਛੀਆਂ ਵੀ ਦੁਬਾਰਾ ਸਪਲੀਮੈਂਟ ਕਰ ਦਿੱਤੀਆਂ। ਸਟ੍ਰਿਕਟ ਐਕਸ਼ਨ ਲਏ ਜਾ ਰਹੇ ਨੇ, ਸਟ੍ਰਿੰਜੈਂਟ ਐਕਸ਼ਨ ਲਏ ਜਾ ਰਹੇ ਨੇ, ਐਜੂਕੇਸ਼ਨਲ ਸਿਸਟਮ ਨੂੰ ਇੰਪਰੂਵ ਕੀਤਾ ਹੈ। ਸਪੋਰਟਿੰਗ ਅੱਜ DC ਸਾਹਿਬ ਨੇ ਜੀਵੇ ਪੰਜਾਬ ਲਾਂਚ ਕੀਤਾ। ਜੀਵੇ ਪੰਜਾਬ ਔਰ ਤੰਦਰੁਸਤ ਪੰਜਾਬ ਦੇ ਵਿੱਚ ਕੋਈ ਖਾਸ ਫਰਕ ਨਹੀਂ। ਸੋ ਸਾਡਾ ਜਿਹੜਾ ਇਹਦੇ ਉੱਤੇ ਮਤਲਬ ਤਾਕਤ ਜਿਹੜੀ ਹੈਗੀ ਹੈ ਉਹ ਦੋਹਰੀ ਤਾਕਤ ਹੈ, ਦੋਹਰਾ ਖੰਡਾ ਜਿਵੇਂ ਹੁੰਦਾ ਨਾ, ਦੋਨੋਂ ਪਾਸੋਂ ਵੱਧਦਾ ਹੈ। ਇਹ ਦੋਨੋਂ ਪਾਸੋਂ ਇਹ ਨੌਜਵਾਨਾਂ ਨੂੰ ਸੇਧ ਦੇਵੇਗਾ। ਅੰਮ੍ਰਿਤਸਰ ਤੋਂ ਗਜਿੰਦਰ ਸਿੰਘ ਕਿੰਗ ਦੀ ਰਿਪੋਰਟ, ਚੈਨਲ 2।